ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਹਾਂ ਤੁਹਾਡਾ ਆਪਣਾ ਅਜੇ ਸਿੰਘ। ਜੇ ਤੁਹਾਨੂੰ ਵੀ ਵੱਟ ਪਾਉਣ ਚ ਦਿੱਕਤ ਆਉਂਦੀ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੇ ਵੀਡੀਓ ਨੂੰ ਲਾਸਟ ਤੱਕ ਦੇਖਣਾ ਤੇ ਵੀਡੀਓ ਨੂੰ ਸਕਿਪ ਨਾ ਕਰਨਾ ਕਿਉਂਕਿ ਵੀਡੀਓ ਦੇ ਵਿੱਚ ਛੋਟੀ ਛੋਟੀ ਟਿਪਸ ਦੱਸੀ ਹੋਈਆਂ। ਹਰੇਕ ਲੜ ਦੇ ਵਿੱਚ ਆਪਾਂ ਤੁਹਾਨੂੰ ਵੱਟ ਪਾਉਣ ਦਾ ਤਰੀਕਾ ਅਲੱਗ ਅਲੱਗ ਦੱਸਾਂਗੇ, ਠੀਕ ਹੈ ਜੀ। ਤੇ ਜਿਹੜੇ ਵੀਰਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣ ਤਾਂ ਜੋ ਆਪਣੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ। ਤੇ ਆਓ ਆਪਾਂ ਸ਼ੁਰੂ ਕਰਦੇ ਹਾਂ। ਲਓ ਜੀ, ਇਹ ਆਪਣਾ ਪਹਿਲਾ ਲੜ। ਪਹਿਲੇ ਲੜ ਦੇ ਵਿੱਚ ਆਪਾਂ ਤੁਸੀਂ ਦੇਖ ਰਹੇ ਹੋ ਜਿਹੜਾ ਪਤਲੇ ਵਾਲਾ ਪਾਸਾ ਥੱਲੇ, ਖੁੱਲੇ ਵਾਲਾ ਪਾਸਾ ਥੱਲੇ, ਦੂਜਾ ਪਾਸਾ ਉੱਪਰ ਕਰਕੇ ਆਪਾਂ ਇਸ ਲੜ ਨੂੰ ਏਦਾਂ ਹੀ ਲਓ ਜੀ ਏਦਾਂ ਹੀ ਲਗਾ ਦਾਂਗੇ, ਬਿਲਕੁਲ ਸਿੱਧਾ ਸਾਦਾ ਹੀ। ਕੋਈ ਇਹਦੇ 'ਚ ਆਪਾਂ ਵੱਟ ਨਹੀਂ ਪਾਏ, ਕੋਈ ਕੁਛ ਨਹੀਂ, ਏਦਾਂ ਖਿੱਚ ਪਾ ਕੇ ਆਪਾਂ ਇਸ ਨਾਲ ਲੜ ਨੂੰ ਲਗਾ ਦਾਂਗੇ। ਬਸ ਲੜ ਦੇ ਵਿੱਚ ਖਿੱਚ ਏਦਾਂ ਪਾਣੀ ਹੈ ਕਿ ਇਸ ਜਗ੍ਹਾ ਤੋਂ ਖਿੱਚ ਪਈ ਹੋਵੇ, ਇਸ ਜਗ੍ਹਾ ਤੋਂ ਢਿੱਲ ਹੋਵੇ। ਇਹ ਆਪਣਾ ਪਹਿਲਾ ਲੜ ਲੱਗ ਗਿਆ। ਦੇਖੋ ਕਿੰਨੇ ਆਸਾਨੇ ਤਰੀਕੇ ਨਾਲ ਆਪਾਂ ਪਹਿਲਾ ਲੜ ਲਗਾਇਆ। ਹੁਣ ਦੂਜਾ ਲੜ ਜਿਹੜਾ ਉਹ ਆਪਾਂ ਸਿਰ ਦੇ ਨਾਲ ਨਾਲ ਪਹਿਲੇ ਲੜ ਦੇ ਨਾਲ ਨਾਲ ਹੀ ਆਪਾਂ ਲਿਆਵਾਂਗੇ, ਉੱਪਰ ਵਾਲੇ ਸਿਰ ਦੇ ਪਹਿਲੇ ਲੜ ਦੇ ਨਾਲ ਨਾਲ ਹੀ। ਤੇ ਇਸ ਲੜ ਨੂੰ ਹੁਣ ਆਪਾਂ ਏਦਾਂ ਵੀ ਲਗਾ ਦਾਂਗੇ। ਇਹ ਆਪਣਾ ਜਿਹੜਾ ਪਹਿਲਾ ਸਟੈਪ ਹੈ ਉਹ ਤੁਹਾਨੂੰ ਦੱਸਣ ਲੱਗਿਆ ਕਿ ਏਦਾਂ ਹੀ ਆਪਾਂ ਇਸ ਲੜ ਨੂੰ ਏਦਾਂ ਵੱਟ ਥੱਲੇ ਕਰਕੇ, ਏਦਾਂ ਕਰਕੇ ਵੱਟ ਥੱਲੇ ਕਰਕੇ ਬਸ ਏਦਾਂ ਹੀ ਇਸ ਲੜ ਨੂੰ ਰੱਖ ਦੇਣਾ। ਇਸ ਜਗ੍ਹਾ ਤੋਂ ਲੜਾਂ ਨੂੰ ਸੈੱਟ ਕਰ ਲੈਣਾ। ਇਹ ਆਪਣਾ ਪਹਿਲਾ ਤਰੀਕਾ ਜਿਹੜਾ ਤੁਹਾਨੂੰ ਅਸੀਂ ਦੱਸ ਰਹੇ ਹਾਂ। ਲਓ ਜੀ, ਤੇ ਫਿਰ ਉਦਾਂ ਹੀ ਆਪਾਂ ਇਸ ਲੜ ਦੇ ਨਾਲ ਨਾਲ ਜਿਵੇਂ ਇਸ ਲੜ ਤੋਂ ਆਪਾਂ ਨਾਲ ਨਾਲ ਹੀ ਲੜ ਨੂੰ ਲਿਆਂਦਾ, ਕੋਈ ਜ਼ਿਆਦਾ ਆਪਾਂ ਲੜ ਤੇ ਕੋਈ ਖਿੱਚ ਨਹੀਂ ਪਾਈ, ਕੋਈ ਵੱਟ ਨਹੀਂ ਪਾਏ, ਨੋਰਮਲ ਤਰੀਕੇ ਨਾਲ ਹੀ। ਤੇ ਦੂਸਰਾ ਤਰੀਕਾ ਜਿਹੜਾ ਹੁਣ ਆਪਣਾ ਹੋਣ ਵਾਲਾ ਉਹ ਤੁਸੀਂ ਦੇਖੋ, ਵੱਟ ਪਾਉਣ ਦਾ ਦੂਸਰਾ ਤਰੀਕਾ, ਉਸ ਲੜ ਤੋਂ ਥੋੜ੍ਹਾ ਜਿਹਾ ਲੜ ਨੂੰ ਥੱਲੇ ਰੱਖਦੇ ਹੋਏ, ਇਸ ਲੜ ਤੋਂ ਥੋੜ੍ਹਾ ਜਿਹਾ ਲੜ ਨੂੰ ਥੱਲੇ ਰੱਖਦੇ ਹੋਏ ਆਪਾਂ ਇਸ ਲੜ ਨੂੰ ਏਦਾਂ ਸਾਫ਼ ਕਰ ਲਾਂਗੇ। ਉੱਤੋਂ ਤੱਕ ਇਸ ਲੜ ਨੂੰ ਥੱਲੇ ਖਿੱਚ ਲੈਣਾ। ਤੇ ਇਹ ਹੁਣ ਆਪਣਾ ਦੂਸਰਾ ਤਰੀਕਾ ਹੋਣ ਵਾਲਾ ਜਿਹੜਾ, ਦੇਖੋ ਜੀ, ਇੱਕ ਦੋ ਤਿੰਨ ਚਾਰ ਪੰਜ ਤੇ ਛੇ, ਏਦਾਂ ਹੀ ਇਹਨੂੰ ਉੱਪਰ ਲੈ ਜਾਣਾ, ਉੱਪਰ ਲੈ ਕੇ ਇਹਨੂੰ ਇੱਥੇ ਛੱਡ ਦੇਣਾ ਜੀ। ਉੱਪਰ ਵਾਲੀ ਜਗ੍ਹਾ ਤੋਂ ਲੜ ਨੂੰ ਥੋੜ੍ਹਾ ਥੋੜ੍ਹਾ ਖਿੱਚ ਕੇ ਉੱਪਰ ਵਾਲੀ ਜਗ੍ਹਾ ਤੋਂ ਲੜ ਦੀ ਮੋਟਾਈ ਬਣਾ ਲੈਣੀ ਹੈ ਥੋੜ੍ਹਾ ਜਿਹਾ, ਤਾਂ ਜੋ ਆਪਣਾ ਜਿਹੜਾ ਲੜ ਹੈ ਬਸ ਇੱਦਾਂ ਨੋਰਮਲ ਹੱਥ ਲਾ ਕੇ ਆਪਾਂ ਇਸ ਲੜ ਤੇ ਵੱਟ ਪਾ ਲਾਂਗੇ। ਲਾਸਟ ਤੱਕ ਵੱਟ ਇੱਦਾਂ ਪਾ ਕੇ ਲਓ ਜੀ, ਇਹ ਆਪਣਾ ਜਿਹੜਾ ਦੂਸਰਾ ਤਰੀਕਾ ਤੁਹਾਨੂੰ ਦੱਸਿਆ ਵੱਟ ਪਾਉਣ ਦਾ। ਠੀਕ ਹੈ ਜੀ, ਹੁਣ ਤੁਸੀਂ ਵੇਖ ਸਕਦੇ ਹੋ ਵੱਟ ਆਪਣੇ ਪੈ ਚੁੱਕੇ ਨੇ, ਲੇਕਿਨ ਫਿਰ ਵੀ ਕਿਸੇ ਦੇ ਮਾੜਾ ਮੋਟਾ ਜੇ ਅਗਰ ਤੁਹਾਨੂੰ ਲੱਗਦਾ ਹੈ ਵੱਟ ਜਿਹੜਾ ਆਪਣਾ ਸੈੱਟ ਨਹੀਂ ਹੈਗਾ, ਉਹਨੂੰ ਆਪਾਂ ਸੈੱਟ ਕਰ ਸਕਦੇ ਹਾਂ। ਇੱਦਾਂ ਉੱਪਰੋਂ ਹੱਥ ਨਾਲ ਸ਼ੇਪ ਵੀ ਬਣਾ ਸਕਦੇ ਹਾਂ, ਇਸ ਲੜ ਤੋਂ ਥੱਲੇ ਵਾਲਾ ਲੜ ਵੀ ਸੈੱਟ ਕਰ ਸਕਦੇ ਹਾਂ, ਅਤੇ ਬੈਕ ਸਾਈਡ ਤੱਕ ਆਪਾਂ ਲੜਾਂ ਨੂੰ ਵੇਖ ਕੇ ਥੋੜ੍ਹੀ ਖਿੱਚ ਪਾ ਕੇ ਫਿਰ ਅਗਲੇ ਲੜ ਦੀ ਸ਼ੁਰੂਆਤ ਕਰ ਰਹੇ ਹਾਂ। ਲਓ ਹੁਣ ਆਪਣਾ ਇਹ ਤੀਸਰਾ ਤਰੀਕਾ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ। ਤੇ ਇੱਧਰ ਵਾਲੀ ਸਾਈਡ ਤੋਂ ਮਟੀਰੀਅਲ ਦਾ ਜ਼ਰੂਰ ਧਿਆਨ ਰੱਖਣਾ ਹੈ, ਮਟੀਰੀਅਲ ਜਿਹੜਾ ਉਹ ਸਾਫ਼ ਸੁਥਰਾ ਹੋਣਾ ਚਾਹੀਦਾ, ਨਾ ਕਿ ਇਕੱਠਾ ਹੋਇਆ ਹੋਵੇ ਸਾਰਾ ਮਟੀਰੀਅਲ। ਵੱਟ ਵੀਰੇ ਚਾਹੇ ਘੱਟ ਪੈ ਜਾਣ ਚਾਹੇ ਵੱਧ ਪੈ ਜਾਣ, ਲੇਕਿਨ ਪੱਗ ਦੀ ਜਿਹੜੀ ਸ਼ੇਪ ਹੈ ਉਹ ਬਹੁਤ ਮਹੱਤਵਪੂਰਨ ਕਰਦੀ ਹੈ ਕਿ ਪੱਗ ਦੀ ਸ਼ੇਪ ਸਹੀ ਹੋਣੀ ਬਹੁਤ ਜ਼ਰੂਰੀ ਹੈ।
ये अपना लड़ है जी। हूँ आप इस लड़ के दसांगे थली जगह तो छोटा छोटा पिंच करते हुए, एक दो तीन चार पाँच छे ऐदा करके लड़न, ऐदा अंगूठे की मदद नाल तुसीं देखो अंगूठा थोड़ा अंदर फोल्ड करके आप इस हाथ में पिछे खिंच देना ता जो अपना ये जो लड़ है जी आप पिंच किया छोटा जा ये पिंच खुले ना इस जगह तो वटा खोल लेना है। वटा खोल के ते लड़ बहुत ही ध्यानी ध्यान नाल लो जी ऐदा लगा देना है। पग की पौनी का ध्यान रखना है कि पग की पौनी जी अपनी लमके ना थले इस करके मैं मोढ़े ते रख लेना पग की पौनी। तुसी पग की पौनी थले रख थले भी रख सकते हो किसी चीज़ ते लो जी। हुण इस तों बाद आपां तुहानूं अगला वट पाउण दा तरीका दसांगे जो कि सब तो सौखा ते सब तो वधिया तरीका है। ते मटीरियल नूं मैं फिर वार वार वीडियो च कह रहा कि मटीरियल दा जरूर ध्यान रखना है कि ये ना होवे वटां दे ज़्यादा ध्यान होवे ते मटीरियल जिहड़ा है आ देखो हुण आपां मटीरियल नूं चंगी तरह पहला सैट कर लिया उपर वाली साइड ते क्योंकि इधरों अगर लड़ मोटा नहीं होगा इधरों लड़ उपर वाली साइड तो मोटा नहीं होगा तो पग की शेप अपनी सोहनी नहीं बनेगी। मटीरियल सारा थले आ जाएगा, मटीरियल थले आने नाल अपनी पग पिंच नहीं होगी तो पिंच ना होण करके अपनी पग की शेप सही नहीं बनेगी। लो जी हुण अपना जिहड़ा लड़ है हुण इहदे वट देखो आपां थले नूं खिंच लिया बस इनू एदा ही आ सीधा जा करके उत्ते नू कर देना। इनू ऐ सीधा जा करके उपर नू कर देना। उपर नू करदे हुए एदा थोड़ा जा अंगूठे की पिंच करके जिहड़े हुण अपने ये वाले वट ने इन्हां नू आपां एदा हौली हौली थले ले आवांगे। बस एदा अंगूठे की पिंच करके उपर वाली साइड तो पिंच करना ना भूलना। हुण तुसीं आ देखो आ वाला वट अपना आपां इस तरीके नाल वट नूं चंगी तरह बना लांगे। लो जी अपने वट देखो किन्ने प्यारे बन चुके ने। अगर फिर भी कोई माड़ा मोटा वट रह जांदा है तां उह तुहानूं वीडियो दी लास्ट में दसदा कि जिहड़ा इह वट है इनू वधा कैवें सकते आप ज्यादा कैवें कर सकते हैं। वो अपने को जादू की छड़ी है, जादू की छड़ी नाल आप जो वट ने वह वधा सकते हैं। लो जी आप सैटिंग कर ली है थोड़ी जी तो हम लास्ट वाला लड़ च बिलकुल ध्यान रखना कि यह वाला जो लड़ है ये वाला जो लड़ है इन्दे विच आपां जिहड़ा अंदर वाला पासा जिहड़ा आह वाला पासा उपर करदे सी अंदर वाला पासा जिहड़ा बाहर करदे सी हुण आपां अंदर वाले पासे नूं अंदर ही थोड़ा जिहा फोल्ड कर देना है तां जो अपनी इधर वाली साइड तों जिहड़ी पग दी शेप आ थोड़ी जिही बाहर आ जाए ते उपर तक सारे बट्टां नूं सैट कर लैणा पहलां लड़ नूं बिलकुल साफ सुथरा बना लैणा। इदां नहीं कि आपां तुसीं वट्टा वाला लाना चाहुंदे हो लड़ इह वट वाला भी लगा सकदे आ लेकिन उपर वाली साइड तो मटीरियल सारे नूं सैट करके इस लड़ नूं आपां सिंपल जिहा ही लगावांगे कोई उदा नहीं ज़्यादा पिंच करके नहीं लगावांगे। देखो इदा उपर लै जाना बस तो इस जगह तो थोड़ा जिहा फोल्ड करके छड्ड देना तो इस जगह तो थोड़ा जिहा अंदर नूं तां करके आपां रखना है तां जो अपना ये जिहड़ा लड़ है खुले ना तो इस वाली जगह तो सैट कर लेना पहला उपर तक मटीरियल तो इस लड़ नूं उपरों मटीरियल नूं सैट करदे हुए आप इस लड़ नूं पिछे तक लगा देंगे। देखो
ਇਹ ਵਾਲਾ ਲੜ ਕਿੰਨਾ ਵਧੀਆ ਲੱਗਿਆ ਤੇ ਇਸ ਜਗ੍ਹਾ ਤੋਂ ਆਪਾਂ ਲੜਦੇ ਨਾ ਇਦਾਂ ਨੂੰ ਪਿੰਚ ਕਰਕੇ ਇਸ ਜਗ੍ਹਾ ਤੇ ਪੱਗ ਪਿੰਨ ਲਗਾ ਦਾਂਗੇ ਇਹ ਵਾਲੇ ਲੜ ਨੂੰ ਆਪਾਂ ਪਿੱਛੇ ਟੰਗ ਦਿੰਦੇ ਹਾਂ ਤਾਂ ਜੋ ਆਪਣਾ ਇਹ ਵਾਲਾ ਲੜ ਢਿੱਲਾ ਨਾ ਹੋਵੇ इस जगह पे आप पग पिन लगा देंगे इस लड़ नूं इदां इकट्ठा करके थोड़ा जा ते पग पिन आप जिहड़ी है अंदर नूं दबा देंगे तां जो अपनी जिहड़ी पग पिन है बाहर नूं ना दिसे ते आपां इस लड़ नूं सीधा लगावांगे इस करके इस जगह तों थोड़ा जा आपां सफाई कर लैणी है तो इस वाले लड़ नूं आपां कलगी लड़ भी लगा सकते हैं सीधा लड़ भी लगा सकते हैं वो अपनी आपदी मर्जी है क्योंकि आपां लड़न दी पूरी जिहड़ी पग दी वी टाइप शेप बनाई है इस दे विच आपां सीधा लड़ भी लगा सकते हैं तो कलगी लड़ भी लगा सकते हैं अगर ये वाली शेप अपनी पिछे नूं बनी होवे तो फिर जिहड़ा लड़ है आपां बिल्कुल सीधा ही लगाने हैं दोनों पासों नूं अंदर करदे हुए इदां लड़ नूं खोल के अख वाली साइड तो बिल्कुल साफ कर लेना बैक साइड तक जब कोई वट वुट लगता है तो वट वुट सैट कर सकते हैं लेकिन अगर वट पाने चाहते हैं तो वट पै भी जाएंगे इन चलो जी अपना हुण लड़ एक हिसाब का साफ कर लिया आपां साफ करके इदां कलगी लड़ भी लगा सकते हैं आपां ऐदा करके लेकिन आपां इस लड़ नूं थोड़ा वट वाला बना के सीधा जिहा लगावांगे देखो अपना लड़ है जिहड़ा चंगी तरह खोल लेना है खोल के ऐदा माड़े माड़े वट च पा लेने अगर तुसीं इस तों भी ज़्यादा वट पाउणा चाहुंदे हो तां आपां इस लड़ नूं इदां दोनों हिस्सों नूं बराबर करके इस लड़ नूं चंगी तरह खोल के अख दी तो सैट अख तो पहला सैट कर लेना फिर सैट करदे हुए इन्हां नूं थले खिच खिच के इदां वट पा लेने तो उपर वाली साइड तो जिहड़ा अपना लड़ आपां खोलिया सी थोड़ा जिहा फोल्ड कर देना तां जो जिहड़ी अपनी किनारी है डार्क पग्गां दी जिहड़ी किनारी हुंदी उह दिसण लग जांदी है तो इदां करके इस लड़ नूं आपां सीधा जिहा ही आपां लगा देंगे तो इहदे विच एक चीज़ का ध्यान रखना है कि आप जी उपर वाली साइड तो जी जिथे आप लड़ लाया उस जगह पर पग पिना जरूर ला देनी है ता जो अपना यह जी अख नाल है ये बड़ी अख नाल अपना लड़ जिहड़ा ढिला ना हो लो जी तुसी देख सकते हो कि पग की शेप कितनी सोहनी बनी है तो फिर भी किसी वीर नूं पग बनते टाइम परना बनते टाइम कोई भी प्रॉब्लम आती है तो वह अपन कमेंट बॉक्स के कमेंट करके दस्सो कोई भी किसी भी चीज़ की पिंच की प्रॉब्लम आती है या बैक साइड की शेप की प्रॉब्लम आती है या कोई भी किसी भी चीज़ की प्रॉब्लम आती है तो अपन कमेंट बॉक्स कमेंट करे आप वीर दी भी जरूर दसांगे तो किसी वीर ने कोई भी सुजैशन लैनी हो मैनू मेरे फोन नंबर मेरे चैनल पर दिते हुए ने अगर मेरे मैनू फोन करके भी पूछ सकते हैं तो पग किन्ने मीटर लैनी है या कुछ भी है वीर जी बहुत सारे वीर के कमेंट हुण आन लग गए हैं तो बहुत सारे वीर बहुत सारा प्यार दे रहे हो इदां ही वीरे प्यार बनाई रखो
ਤੁਹਾਡੇ ਪਿਆਰ ਦੀ ਲੋੜ ਹੈ। ਜਿੱਦਾਂ ਜਿੱਦਾਂ ਤੁਸੀਂ ਪਿਆਰ ਵਧਾਉਂਦੇ ਜਾਂਦੇ ਹੋ ਉਦਾਂ ਉਦਾਂ ਅਸੀਂ ਮਿਹਨਤ ਬਹੁਤ ਜ਼ਿਆਦਾ ਕਰਨੀ ਸ਼ੁਰੂ ਕਰਨੇ ਹਾਂ। ਲੜ ਨੂੰ ਖੋਲ੍ਹ ਕੇ ਦੋਨਾਂ ਸਾਈਡਾਂ ਤੋਂ ਅੰਦਰ ਕਰ ਲੈਣਾ, ਦੋਨਾਂ ਸਾਈਡਾਂ ਤੋਂ ਅੰਦਰ ਕਰਦੇ ਹੋਏ ਆਪਾਂ ਸਿਰ ਢੱਕ ਲੈਣਾ ਚੰਗੇ ਤਰੀਕੇ ਨਾਲ। ਤੁਸੀਂ ਬੈਕ ਸਾਈਡ ਸ਼ੀਸ਼ੇ ਦੀ ਵਰਤੋਂ ਵੀ ਕਰ ਸਕਦੇ ਹੋ, ਉੱਪਰ ਸ਼ੀਸ਼ਾ ਲਾ ਕੇ ਵੀ ਵੇਖ ਸਕਦੇ ਹੋ ਕਿਤੇ ਜਿਵੇਂ ਲੜ ਕੋਈ। ਆਸ ਕਰਦੇ ਹਾਂ ਕਿ ਤੁਹਾਨੂੰ ਆਪਣੀ ਪੱਗ ਦੀ ਸ਼ੇਪ ਵਧੀਆ ਲੱਗੀ ਹੋਏਗੀ। ਜਿਹੜੇ ਜਿਹੜੇ ਵੀਰਾਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਹੈ ਜਾਂ ਪੱਗ ਦੀ ਸ਼ੇਪ ਵਧੀਆ ਲੱਗੀ ਹੈ ਉਹ ਲਾਈਕ ਜ਼ਰੂਰ ਕਰਕੇ ਜਾਣਾ ਵੀਡੀਓ ਨੂੰ। ਅਤੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਨਵੇਂ ਵੀਰ ਜਿਹੜੇ ਆਪਣੇ ਚੈਨਲ 'ਤੇ ਆ ਰਹੇ ਨੇ ਉਹ ਵੀਰ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਨੂੰ ਦਬਾ ਲਓ ਤਾਂ ਜੋ ਤੁਹਾਡੇ ਅੱਗੇ ਨਵੀਆਂ ਨਵੀਆਂ ਵੀਡੀਓ ਲੈ ਕੇ ਆਪਾਂ ਹਾਜ਼ਰ ਹੁੰਦੇ ਰਹੀਏ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।